ਮਾਈਨਸ ਅੱਧਾ ਸ਼ੋਅ ਕਰਦਾ ਤੇ ਉਹਦਾ ਇੱਕ ਮਾਈਨਸ ਆ। ਠੰਡ ਹੋ ਗਈ, ਠੰਡ ਮੜਿਓ ਕਰੀਏ ਪ੍ਰੀ ਟ੍ਰਿਪ। ਸਵੇਰ ਦੀ ਵਾਈ ਬਹੁਤ, ਪਹਾੜਾਂ ਦੇ ਉੱਤੇ ਮਾੜੀ ਮਾੜੀ ਸਨੋਅ ਪੈ ਵੀ ਗਈ, ਉਹ ਚਮਕਦੇ ਆ ਨਾ ਮਾੜੇ ਮਾੜੇ, ਬਾਅਦ ਚੱਲ ਪੈਣਾ ਕੰਮ ਉਹਦੇ, ਉੱਤੇ ਵੀ ਚਮਕਦੀ ਆ ਸਨੋਅ। ਮਾਈਨਸ ਇੱਕ ਆ ਬਾਹਰ ਹੁਣ, ਫੀ ਲਾਇਕ ਦੋ ਦੋ ਤਾਂ ਹੋਣਾ ਹੀ ਆ, ਠੰਡ ਬਾਹਲੀ ਆ। ਹੋ ਵਾਹਿਗੁਰੂ, ਠੰਡ ਹੋ ਗਈ ਠੰਡ। ਜਦੋਂ ਕੁ ਸਿਆਲ ਆਉਂਦਾ ਨਾ ਉਦੋਂ ਲੱਗਦੀ ਵੀ ਬਾਹਲੀ ਆ, ਹੌਲੀ ਹੌਲੀ ਯੂਜ ਟੂ ਹੋ ਜਾਂਦਾ ਬੰਦਾ, ਅਤੇ ਸ਼ੁਰੂ ਸ਼ੁਰੂ 'ਚ ਫਿਰ ਜ਼ਿਆਦਾ ਲੱਗਦੀ ਆ ਨਾ। ਜੈਕਟਾਂ ਜੁਕਟਾਂ ਵੀ ਰੱਖੀ, ਜੈਕਟ ਵੀ ਨਹੀਂ ਰੱਖੀ, ਅੱਧੀਆਂ ਮਾਂ ਦੀ ਪਾਈ ਆ, ਲੂੰ ਕੰਡੇ ਖੜ੍ਹੇ ਹੋਏ ਪਏ ਆ, ਅਤੇ ਜੈਕਟ ਜੁਕਟ ਰੱਖੀ ਨਹੀਂ ਤਾਂ ਬਿਮਾਰ ਹੋਵਾਂਗੇ, ਹੈ ਨਾ, ਫਾਇਦਾ ਨਹੀਂ ਕੋਈ ਉਹਨਾਂ ਚੀਜ਼ਾਂ 'ਚ। ਹੋ ਵਾਹਿਗੁਰੂ, ਲੋਡ ਲੂਡ ਸੈੱਟ ਆ ਆਪਣਾ, ਅਤੇ ਟਾਇਰ ਟੂਰ ਵੀ ਸੈੱਟ ਆ ਸਾਰੇ, ਹੈ ਨਾ। ਉਹ ਰਾਤ ਉਹ ਲਾਈਟਾਂ ਨੀਲੀਆਂ ਕੀਤੀਆਂ ਹੈਗੀਆਂ ਮੈਂ, ਹਲੇ ਉਹ ਨੀਲੀਆਂ ਹੀ ਆ, ਹਲੇ ਉਹ ਚੇਂਜ ਕਰਨ ਵਾਲੀਆਂ, ਉਹਦੇ ਸਕਲਟ ਦੇ ਥੱਲੇ ਨਾ। ਇਹ 'ਚ ਮਲਟੀ ਕਲਰ ਹੈਗੇ ਆ ਮੇਰੇ ਕੋਲ, ਜਿੱਦਾਂ ਸਾਰੇ ਕਲਰ ਆ ਇਹਦੇ ਵਿੱਚ। ਉਹ ਰਾਤ ਮੈਂ ਉੱਪਰਲੀਆਂ ਬਲਿਊ ਕੀਤੀਆਂ ਸਾਰੀਆਂ, ਅਤੇ ਨਾਲ ਹੀ ਉਹ ਬਲਿਊ ਕਰਤੀਆਂ ਮੈਂ, ਅਤੇ ਮੈਂ ਕਿਹਾ ਵੀ ਚੱਲ ਵਧੀਆ ਲੱਗਦੀਆਂ ਰਾਤ ਨਾ, ਅੱਧਾ ਕੁ ਘੰਟਾ ਲਾਈਆਂ ਸੀਗੀਆਂ ਮੈਂ। ਗੁੱਡ ਮੋਰਨਿੰਗ ਮਿੱਤਰੋ, ਕੀ ਹਾਲ ਚਾਲ ਆ, ਠੀਕ ਠਾਕ ਹੋ ਸਾਰੇ? ਉਮੀਦ ਕਰਦਾ ਠੀਕ ਠਾਕ ਹੀ ਹੋਵੋਗੇ। ਲਓ ਜੀ, ਨਵੇਂ ਬਲੌਗ ਦੀ ਕਰ ਲਈ ਸਟਾਰਟਿੰਗ ਰੋਜਰ ਪਾਸ ਤੋਂ, ਅਤੇ ਇੱਥੇ ਆਣ ਕੇ ਪੈ ਗਿਆ ਸੀਗਾ, ਠੰਡ ਹੀ ਬਹੁਤ ਹੋਈ ਪਈ ਆ ਬਾਹਰ, ਅਤੇ ਉਹ ਨਵੀਂ ਨਵੀਂ ਲੱਗਦੀ ਹੈ ਨਾ ਜ਼ਿਆਦਾ ਫਿਰ, ਅਤੇ ਵਾਹ ਹੋਣਾ ਬੜਾ ਹੁਣ ਯੂਜ ਟੂ ਅਤੇ ਆਈ ਜਾਂਦੀ ਹੈ ਠੰਡ, ਅਤੇ ਆ ਮਾਰਦੇ ਹਾਂ ਗੇਰ ਇੱਥੋਂ। ਇਰਾਦਾ ਸੀਗਾ ਪਹਿਲਾਂ ਗੋਲਡਨ ਜਾ ਕੇ ਪੈਣ ਦਾ, ਮੈਂ ਇੱਥੇ ਪੈ ਜਾਂਦਾ ਇੱਥੋਂ ਦੇ ਨਾਲੇ ਦੇ, ਵੀ ਚੱਲ ਜਦ ਤਾਈਂ ਪਾਠ ਸੁਣਿਆ ਜਾਊਗਾ ਨਾ ਬਾਬੇ ਦਾ ਨਾਮ ਜਪ ਲਵਾਂਗੇ, ਜਦ ਤਾਈਂ ਗੋਲਡਨ ਪਹੁੰਚਣਾ, ਅਤੇ ਉੱਥੇ ਜਾ ਕੇ ਘੱਟ ਚਾਹ ਦਾ ਚੱਕ ਲਵਾਂਗੇ, ਹੈ ਨਾ, ਅਤੇ ਗੱਡੀ ਸਿੱਧੀ ਜਾਊਗੀ ਪਿੰਡ, ਉੱਥੋਂ ਪਾਉਂਦੇ ਹਾਂ ਤੇਲ ਤੁਲ ਪਵਾ ਕੇ, ਅੱਜ ਹੀ ਖੜਾ ਦੇਣਾ, ਹੈ ਨਾ, ਫਿਰ ਮੰਡੇ ਸੌਖਾ ਰਹੂਗਾ। ਅਤੇ ਚਲੋ ਆ ਜਾਓ ਮਿੱਤਰੋ, ਤੁਰਦੇ ਹਾਂ ਅਤੇ ਚਲੀਏ, ਹੈ ਨਾ, ਗੱਡੀ ਵੀ ਹੋ ਗਈ ਗਰਮ, ਅਤੇ ਪ੍ਰੀ ਟ੍ਰਿਪ ਦਾ ਵੀ ਟਾਈਮ ਹੋ ਗਿਆ ਪੂਰਾ ਆਪਣਾ, ਮਾਰੀਏ ਗੇਰ, ਪੂਰਾ ਭਰਾ ਤਾਂ ਇਹ ਲਾ ਤਾ ਆਪਾਂ, ਹੈ ਨਾ, ਆਪਣੀਆਂ ਸਫਾਈਆਂ ਕਰਤੀਆਂ, ਉਹ ਛੱਲੀਆਂ ਛੁੱਲੀਆਂ ਵੀ ਲੈ ਜਾਂਦੀਆਂ ਸੀ ਚਿਹਰਾ ਬੈਗ ਵਾਲੀਆਂ, ਅਤੇ ਛੱਲੀਆਂ ਛੁੱਲੀਆਂ ਪਾਉਂਦੇ ਆ ਜਾ ਕੇ, ਹੈ ਨਾ। ਆਉਂਦੀ ਕਿ ਨਹੀਂ ਇੰਡੀਆ ਵਾਲੀ ਫੀਲਿੰਗ, ਸਿਆਲਾਂ ਵਾਲੀ, ਹੈ, ਧੁੰਦ ਪਈ ਹੋਈ ਆ ਪੂਰੀ, ਹੈ ਨਾ। ਹੁਣ ਇਹ ਕੰਮ ਸ਼ੁਰੂ ਹੋ ਜਾਣਾ, ਉਹ ਖੜੀ ਆ ਗੱਡੀ ਆਪਣੀ, ਧੁੰਦਾਂ ਵਾਲਾ ਕੰਮ ਹੁਣ ਸ਼ੁਰੂ ਹੋ ਜਾਣਾ ਵਾ, ਕਦੇ ਧੁੰਦ ਕਦੇ ਸਨੋਹ, ਮੀਂਹ ਮੂੰਹ ਜਿਹੜੇ ਬੰਦ ਆ, ਸਾਹਮਣੇ ਟਿਮ ਹੋਟ ਰਹੇ ਆ, ਚੱਕੀਏ ਚਾਹ ਤਾਂ ਖੋਲੀ ਅੱਖਾਂ, ਹੈ,
ਇਹ ਵੱਟ ਚੱਕ ਕੇ ਅਤੇ ਦੱਬਦੇ ਹਾਂ ਫੱਟੀ ਪਿੰਡ ਨੂੰ। ਕਾਂ ਦੇਖ ਲਓ, ਮੂਰਾਂ ਵਰਗੇ ਆ ਇੱਥੇ, ਬਾਹਲੇ ਤਗੜੇ ਆ। ਸਮਰਾਂ ਦੇ ਵਿੱਚ ਲੈਤੇ ਲੈਣਾ ਲੱਗਦੀਆਂ, ਅਤੇ ਵਿੰਟਰ ਦੇ ਵਿੱਚ ਅਤੇ ਮਹੋਟਨਾ ਦੇ ਹੈ। ਆਈਸਕ੍ਰੀਮ ਵਾਲੀ ਆ ਬੀਬੀ ਬੰਦ ਕਰ ਗਈ, ਹੁਣ ਬਸ ਸੀਜ਼ਨ ਖਤਮ ਇਹਦਾ। ਦੁਪਹਿਰੇ ਤਾਂ ਪੂਰੇ ਭਾਵਾਂ ਮਾੜਾ ਮੋਟਾ ਖੋਲਿਆ ਕਰਨਗੇ, ਠੰਡ ਆਈਸਕ੍ਰੀਮ ਆ ਕੇ ਨੇ ਖਾਣੀਆਂ ਬੀਬੀ। ਬੜਾ ਝੋਟਾ ਆਪਣਾ, ਝੋਟਾ ਯਮਦੂਤ ਦਾ ਹੈ। ਹੋ ਵਾਹਿਗੁਰੂ, ਵਧੀਆ ਲੱਗਦਾ ਯਾਰ ਟਰੱਕ ਮੈਨੂੰ ਤਾਂ, ਮੇਰਾ ਜਿੰਨਾ ਕੁ ਮੋਡੀਫਾਈ ਕੀਤਾ ਆ, ਗੁੱਡ ਨਾਫ ਆ ਆਪਣੇ ਲਈ, ਬਹੁਤ ਆ ਵਧੀਆ ਲੱਗਦਾ। ਬਾਕੀ ਤੁਹਾਨੂੰ ਕਿੱਦਾਂ ਦਾ ਲੱਗਾ ਦੱਸਿਓ ਸਾਰੇ ਜਣੇ। ਅਲਬਰਟ ਵਾਲਿਆਂ ਦੀ ਤਾਂ ਇੱਕ ਗੱਲ ਵਧੀਆ ਲੱਗਦੀ ਆ, ਹੈ ਨਾ, ਅਤੇ ਜਦੋਂ ਵੀ ਕੋਈ ਵੀ ਚੀਜ਼ ਬਣਾਉਂਦੇ ਆ ਮੋਸਟਲੀ ਹੁਣ ਪਹਿਲਾਂ ਫਿਊਚਰ ਦਾ ਸੋਚ ਕੇ ਬਣਾਉਂਦੇ ਆ ਹੁਣ, ਹੈ ਨਾ, ਅਤੇ ਆਹ ਹੁਣ ਆ ਜਾਨਵਰਾਂ ਲਈ ਟਨਲ ਬਣਾਏ ਆ ਵੀ ਇੱਕ ਜੰਗਲ ਤੋਂ ਦੂਜੇ ਜੰਗਲ ਦੇ ਵਿੱਚ ਜਾ ਸਕਣ, ਅਤੇ ਇਹ ਪਹਿਲਾਂ ਹੀ ਉਸ ਹਿਸਾਬ ਨਾਲ ਨਹੀਂ ਉਹ ਬਣਾਏ ਆ, ਹੈ ਨਾ, ਵੀ ਚਾਰ ਚਾਰ ਲਾਈਨਾਂ ਵੀ ਇਨ ਫਿਊਚਰ ਕੱਢਣੀਆਂ ਪੈਣੀਆਂ, ਅਤੇ ਇਹਦੇ ਵਿੱਚੋਂ ਵੀ ਚਾਰ ਚਾਰ ਲਾਈਨਾਂ ਇਕੱਲੇ ਇਕੱਲੇ ਬ੍ਰਿਜ 'ਚੋਂ ਨਿਕਲ ਜਾਣੀਆਂ, ਹੈ ਨਾ, ਇਕੱਲੇ ਇਕੱਲੇ ਪੁਲ ਥੱਲਿਓਂ, ਹੈ ਨਾ। ਹੁਣ ਉੱਦਾਂ ਨਹੀਂ ਦੋ ਦੋ ਕੀਤੀਆਂ ਆ, ਅਤੇ ਪਰ ਚਾਰ ਚਾਰ ਬਣ ਸਕਦੀਆਂ, ਅਤੇ ਇੰਨੇ ਖੁੱਲ੍ਹੇ ਬਣਾਏ ਹੋਏ ਆ, ਅਤੇ ਪਹਿਲੇ ਫਿਊਚਰ ਦਾ ਸੋਚ ਕੇ ਚੱਲਦੇ ਵੀ ਗਾਂ ਇੰਨਾ ਕਿ ਟ੍ਰੈਫਿਕ ਵੱਧਦੀ ਹੈ ਜਾਂ ਕੁਛ ਵੀ ਹੁੰਦਾ, ਹੈ ਨਾ, ਇੱਦਾਂ ਚੱਕਰ ਚਲਾ ਨਾ, ਕਿਉਂਕਿ ਜਦੋਂ ਬੈਲਟ ਵੀ ਕਰਦੇ ਜਦੋਂ ਵੀ ਇੱਕ ਇੱਕ ਪਾਸੇ ਚਾਰ ਚਾਰ ਲਾਈਨਾਂ ਬਣਾਈਆਂ ਹੋਈਆਂ ਸੀਗੀਆਂ ਨਹੀਂ, ਅਤੇ ਉਹ ਬਹੁਤ ਵਧੀਆ ਚੀਜ਼ ਲੱਗਦੀ ਆ, ਹੈ ਨਾ। ਅਤੇ ਬਾਕੀ ਇੱਧਰੋਂ ਵੀ ਆਹ ਹਾਈਵੇ ਡਬਲ ਹੀ ਆ, ਅਲਬਰਟਾ 'ਚ ਜਦੋਂ ਇੰਟਰਫੇਸ ਨੇ ਡਬਲ ਹੋ ਜਾਂਦਾ ਹਾਈਵੇ, ਅਤੇ ਚਲੋ ਆ ਜਾਓ ਮਿੱਤਰੋ, ਬਾਕੀ ਪਾਉਂਦੇ ਹਾਂ ਤੇਲ ਤੂਲ ਜਾ ਕੇ ਕੈਲਗਰੀ। ਗੱਡੀ ਪਹੁੰਚੀ ਮਿੱਤਰੋ ਕੈਲਗਰੀ, ਤੇਲ ਮੈਂ ਕਿਹਾ ਪਾ ਲਈਏ, ਅਤੇ ਮੁੜ ਕੇ ਮੰਡੇ ਸੌਖਾ ਰਹੂਗਾ, ਹੈ ਨਾ, ਤੇਲ ਪਾਇਆ ਹੋਊਗਾ। ਪੰਪ ਨੰਬਰ ਕਿੰਨਾ ਸੀਗਾ ਯਾਰ, ਯੂਰੀਆ ਵੀ ਪਾ ਹੀ ਲਈਏ, 11 ਨੰਬਰ ਯੂਰੀਆ ਵਾਲਾ ਪੰਪ ਆ। ਮੰਡੇ ਐਂ ਕਈ ਵਾਰੀ ਟਾਈਮ ਪੂਰਾ ਪੂਰਾ ਹੀ ਹੁੰਦਾ ਲੋਡ ਚੱਕਣ ਦਾ, ਹੈ ਨਾ, ਅਤੇ ਤੇਲ ਤੂਲ ਭਰਾਇਆ ਹੋਊਗਾ ਤਾਂ ਫਿਰ ਸਟ੍ਰੈਸ ਨਹੀਂ ਹੋਊਗੀ, ਵਧੀਆ ਭੱਜੇ ਜਾਵਾਂਗੇ। ਇੱਥੇ ਮਾਰੀਏ ਕਾਰਡ ਅਤੇ ਦੂਜਾ ਵੀ ਚਲਾ ਦਈਏ। ਇਹਦਾ ਸ਼ਹਿਰਾਂ ਦਾ ਇਹ ਆ ਵੀ ਇੱਕੋ ਟਾਈਮ ਹੀ ਦੋਨੇ ਪੰਪ ਚੱਲ ਜਾਂਦੇ ਆ, ਹੈ ਨਾ, ਕਾਰਡ ਨਹੀਂ ਯੂਜ਼ ਨਹੀਂ ਕਰਦੇ। 670 ਲੀਟਰ ਤੇਲ ਪੈ ਗਿਆ, ਅਤੇ ਟੈਂਕੀਆਂ ਕਾਲੀਆਂ, ਨੱਕੋ ਨੱਕ ਤੇਲ ਐਨ ਹਰਾ ਵੇ ਲਓ, ਗ੍ਰੀਨ ਡੀਜ਼ਲ ਹੈ। ਕਿਲੋਮੀਟਰ ਵੀ ਤੁਹਾਨੂੰ ਦਿਖਾ ਦਿੰਦੇ ਹਾਂ ਕਿੰਨੇ ਚੱਲੇ ਆ, ਫਿਰ ਐਵਰੇਜ ਦਾ ਵੀ ਨਾਲੇ ਪਤਾ ਲੱਗ ਜਾਂਦਾ, ਅਤੇ ਟਰੱਕ ਵਾਸ਼ ਵਾਲਿਆਂ ਨੇ ਵੀ ਦੇ ਕਰਕੇ ਫੋਨ, ਜੇ ਤਾਂ ਟਾਈਮ ਹੋਇਆ ਤਾਂ ਧਵਾ ਲੈਂਦੇ ਹਾਂ, ਨਹੀਂ ਚਲੀਏ ਯਾਰਡ 'ਚ। 670 ਲੀਟਰ ਤੇਲ ਪਿਆ ਸੀ ਆਪਣਾ, ਅਤੇ 1054 ਕਿਲੋਮੀਟਰ ਚੱਲ ਗਿਆ ਟਰੱਕ 670 ਲੀਟਰ ਤੇਲ ਨਾਲ, ਉਦੋਂ 208 ਤੋਂ ਪਾਇਆ ਸੀ ਅਮਰੀਕਾ ਦੇ ਵਿੱਚੋਂ। ਬਾਕੀ ਐਵਰੇਜ ਕੱਢ ਕੇ ਵੀ ਦੱਸਦਾ ਨਾ ਤੁਹਾਨੂੰ ਕਿੰਨੇ ਦੀ ਐਵਰੇਜ ਆਈ ਆ। ਲੋਡ ਪੂਰਾ ਫੁੱਲ ਬਟਾ ਫੁੱਲ ਆ ਆਪਣਾ, ਹੈ ਨਾ, ਸ਼ਰੀਏ ਘਰ ਨੂੰ ਹੈ। ਟਰੱਕ ਵਾਸ਼ ਵਾਲੇ ਬੀਜੀ ਆ ਯਾਰ ਬੰਦੇ, ਉਹ ਤਾਂ ਉੱਥੋਂ ਬੀਜੀ ਤੋਂ ਕਰਵਾ ਲਵਾਂਗੇ ਅਮਰੀਕਾ ਨੂੰ ਗਿਆ, ਤਾਂ ਅਮਰੀਕਾ ਤੋਂ ਰਾਹ ਜਦ ਕਿਤੇ ਦੇਖ ਲਵਾਂਗੇ ਫਿਰ। ਨਾਲੇ ਜੀ ਮਿੱਤਰੋ, ਸਫਾਈ ਸਫੁਈ ਕਰਤੀ ਆ, ਕੱਪੜਾ ਮਾਰਤਾ ਡੈਸ਼ਬੋਰਡ 'ਤੇ, ਅਤੇ ਲੰਚ ਆਪਣਾ ਰੱਖ ਲਿਆ, ਬੈਗ ਜਿਹੜਾ ਬਚਿਆ ਸੀ ਮਾੜਾ ਮੋਟਾ, ਦੋ ਰੋਟੀਆਂ ਬਚੀਆਂ ਸੀ, ਦਾਲ ਬਚੀ ਸੀ, ਫਰਿੱਜ ਵੀ ਕਰਤੀ ਆ ਖਾਲੀ ਵਿੱਚੋਂ, ਅਤੇ ਤੌਲੀਆ ਰੱਖਤਾ ਬੰਦ ਕਰਤੀ ਆ ਵੀ ਜਿਹੜਾ ਪਾਣੀ ਪੂਣੀ ਕਈ ਵਾਰੀ, ਹੈ ਨਾ, ਮੈਲਟ ਹੁੰਦਾ ਅਤੇ ਫਿਰ ਉਹ ਤੌਲੀਆ ਜਿਹਾ ਸੋਕ ਕਰ ਲੂਗਾ, ਹੈ ਨਾ, ਅਤੇ ਬੰਦ ਕਰਕੇ ਵੀ ਚਲੋ ਬੈਂਟਰੀਆਂ ਜਿਹੀਆਂ ਬਚੀਆਂ ਨੇਗੀਆਂ, ਹੈ ਨਾ, ਨਹੀਂ ਤਾਂ ਬੈਂਟਰੀਆਂ
ਚੱਕੀ ਜਾਂਦੀ ਹੈ ਫਰਿੱਜ, ਹੈ ਨਾ, ਚੱਲੀ ਜਾਣੀ ਮੁੜ ਕੇ, ਕੋਈ ਫਾਇਦਾ ਨਹੀਂ, ਕੋਈ ਬੈਟਰੀਆਂ ਵੀ ਛੇਤੀ ਖਰਾਬ ਹੋ ਜਾਂਦੀਆਂ। ਆਹ ਛੱਲੀਆਂ ਛੁੱਲੀਆਂ ਵੀ ਕੱਢ ਲਈਆਂ ਬਾਹਰ, ਆਹ ਸਬਜ਼ੀਆਂ ਉੱਧਰੋਂ ਦੂਜੇ ਘਰੋਂ ਆਈਆਂ ਸੀ ਆਪਣੇ ਸਰੀ ਵਾਲੇ, ਉਹਨਾਂ ਨੇ ਬੀਜੀਆਂ ਸੀਗੀਆਂ, ਕਾਹ ਲਫਾਫਾ ਭਰ ਕੇ ਦੇਤਾ, ਕਾਹ ਦੇਤਾ, ਉਹ ਗ੍ਰੀਨ ਟੀ ਆ। ਅਤੇ ਸੈੱਟ ਆ ਘਾਣੀ, ਹੁਣ ਰੱਖਦੇ ਹਾਂ ਸਮਾਨ ਗੱਡੀ 'ਚ, ਆਉਂਦੇ ਆ ਘਰ ਦੇ ਲੈਣ, ਤੁਰਦੇ ਹਾਂ ਘਰ ਨੂੰ। ਫਿਰ ਗੱਡੀ ਆਪਾਂ ਖੜਾਤੀ ਆ ਸਿੱਧੀ ਇੱਧਰ ਨੂੰ ਫੇਸ ਕਰਕੇ, ਉਹ ਜਾਣਾ ਉਹ ਮੰਡੇ ਦਾ ਬੈਗ ਹੀ ਕੱਢ ਦਊਂਗੇ ਇੱਧਰ ਦੀ, ਚਲੀਏ ਘਰ ਨੂੰ ਹੁਣ। ਚੁੱਲ੍ਹਾ ਦੇਖੀਏ ਵਾਲਮਾਰਟ ਜੇ ਮਿਲ ਜਾਵੇ ਤਾਂ, ਚਲੋ ਚੈੱਕ ਕਰਦੇ ਹਾਂ ਅੰਦਰ। ਮਿੱਤਰੋਂ ਮਿਲਿਆ ਨਹੀਂ ਸਟੋਵ, ਪੰਪਕਿਨ ਵਗੈਰਾ ਆ ਗਿਆ ਹੁਣ ਇਹਨਾਂ ਦੇ, ਸੀਜ਼ਨਲ ਸੀ ਉਹ ਕਹਿੰਦੇ, ਕੈਂਪਿੰਗ ਦਾ ਟਾਈਮ ਲੰਘ ਗਿਆ, ਹੁਣ ਦੂਜਾ ਟਾਈਮ ਆ ਗਿਆ ਕਹਿੰਦੇ, ਹੁਣ ਉਹ ਨਹੀਂ ਮਿਲਣਾ। ਚਲੋ ਵੀ ਮਿੱਤਰੋ ਆਹ ਬਲੌਗ ਦਾ ਕਰਦੇ ਇੱਥੇ ਐਂਡ, ਅਤੇ ਮਿਲਦੇ ਹੈਗੇ ਨਵੇਂ ਬਲੌਗ ਦੇ ਵਿੱਚ। ਚੈਨਲ ਨੂੰ ਕਰਿਓ ਲਾਈਕ ਅਤੇ ਸ਼ੇਅਰ ਅਤੇ ਸਬਸਕ੍ਰਾਈਬ, ਅਤੇ ਨਵਾਂ ਬਲੌਗ ਦੇਖਦੇ ਹਾਂ ਕੱਲ੍ਹ ਨੂੰ ਬਣਦਾ ਕੋਈ ਕਿ ਨਹੀਂ, ਹੈ ਨਾ। ਕੱਲ੍ਹ ਨੂੰ ਹੈਗੀ ਤਾਂ ਛੁੱਟੀ ਆ ਘਰ ਹੀ ਆ, ਅਤੇ ਲੋਡ ਲਾਉਣਾ ਮੰਡੇ ਆਪਾਂ। ਚੁੱਲ੍ਹਾ ਚਾਲਾ ਮਿਲਿਆ ਨਹੀਂ ਵਾਲਮਾਰਟ 'ਚੋਂ, ਅਤੇ ਹੁਣ ਇੱਥੇ ਪੰਜਾਬੀ ਸਟੋਰ 'ਚ ਮਤਲਬ ਸ਼ਾਇਦ ਮਿਲ ਜੂਗਾ, ਉੱਥੋਂ ਜਾਂਦਾ ਜਾਂਦਾ ਗੇੜਾ ਕੱਢ ਕੇ ਜਾਂਦਾ, ਵਾਲ ਵੂਲ ਵੀ ਕਟਾਈਏ ਨਾਲੇ, ਬੁਰਾ ਹਾਲ ਜਿਹਾ ਹੋਰ ਤਰ੍ਹਾਂ ਪਿਆ ਕੰਮ, ਹੈ ਨਾ, ਕਟਾਉਣੇ ਵਾਲ ਵੂਲ, ਮੂੰਹ ਸਰ ਜਿਹਾ ਸਵਾਰੀਏ, ਹੈ ਨਾ। ਅਤੇ ਠੀਕ ਹੈ ਮਿੱਤਰੋ, ਮਿਲਦੇ ਹਾਂ ਨਵੇਂ ਬਲੌਗ ਦੇ ਵਿੱਚ, ਅਤੇ ਰੱਬ ਰੱਖਾ ਸਾਰਿਆਂ ਨੂੰ, ਚੜ੍ਹਦੀ ਕਲਾ 'ਚ ਰੱਖੇ ਮਹਾਰਾਜ ਸਾਰਿਆਂ ਨੂੰ, ਹੈ ਨਾ। ਅਤੇ ਹੋਰ ਗੋਡਾ ਘਾਣੀ, ਜੇ ਤਾਂ ਕੱਲ੍ਹ ਨੂੰ ਬਾਹਰ ਅੰਦਰ ਨਿਕਲੇ ਤਾਂ ਬਣਾਊਗਾ ਬਲੌਗ, ਨਹੀਂ ਤਾਂ ਫਿਰ ਮਿਲਦੇ ਹਾਂ ਮੰਡੇ।